ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਨਵੀਆਂ ਅਪਡੇਟਸ ਲੈ ਕੇ ਆਏ ਹਾਂ, ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਹੋਈਆਂ ਸਾਡੇ ਚੈਨਲ ਦੇ ਉੱਪਰ ਤੁਹਾਨੂੰ ਮਿਲ ਸਕਣ। ਤਾਂ ਦੋਸਤੋ, ਕਰਦੇ ਹਾਂ ਆਪਾਂ ਵੀਡੀਓ ਨੂੰ ਸਟਾਰਟ। ਤਾਂ ਦੋਸਤੋ, ਪਹਿਲੀ ਅਪਡੇਟ ਨਿਕਲ ਕੇ ਆ ਰਹੀ ਹੈ ਮੂਸਟੇਪ ਸੀਜ਼ਨ 2 ਦੇ ਬਾਰੇ। ਤਾਂ ਦੋਸਤੋ, ਕਿਹਾ ਜਾ ਰਿਹਾ ਕਿ ਮੂਸਟੇਪ ਦਾ ਹੁਣ ਸੀਜ਼ਨ 2 ਸਟਾਰਟ ਹੋ ਜਾਵੇਗਾ। ਦੋਸਤੋ, ਅਰੋਮਾ ਸੌਂਗ ਤੋਂ ਬਾਅਦ ਮੂਸਟੇਪ ਦੀ ਜਿਹੜੀ ਕਿ ਸਕਿੱਟ ਦਾ ਰੀਅਲ 1 ਆ ਰਹੀ ਹੈ, ਉਸ ਤੋਂ ਬਾਅਦ 'ਚ ਦੋਸਤੋ ਮੂਸਟੇਪ ਦੇ ਸੌਂਗਸ ਦਾ ਲੈਵਲ ਹੈ ਉਹ ਬਹੁਤ ਹਾਈ ਚਲਾ ਜਾਵੇਗਾ। ਅਤੇ ਦੋਸਤੋ, ਰੀਅਲ 1 ਸਕਿੱਟ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਐਲਬਮ ਦੇ ਵਿੱਚ ਸਾਨੂੰ ਸਟੀਲ ਬੈਂਗਲਸ, ਵਜ਼ੀਰ ਪਾਤਰ, ਜੇ ਬੀ ਅਤੇ ਕਿੱਡ ਦੇ ਇੰਟੈਂਸ ਹੋਰ ਵੀ ਨਵੇਂ ਮਿਊਜ਼ਿਕ ਪ੍ਰੋਡਿਊਸਰਾਂ ਦਾ ਜਿਹੜਾ ਕਿ ਮਿਊਜ਼ਿਕ ਦੇਖਣ ਨੂੰ ਵੀ ਮਿਲ ਜਾਵੇਗਾ। ਅਤੇ ਹੁਣ ਕਿਹਾ ਜਾ ਰਿਹਾ ਕਿ ਅਰੋਮਾ ਸੌਂਗ ਤੋਂ ਬਾਅਦ 'ਚ ਜਿਹੜੀ ਐਲਬਮ ਦੀ ਪ੍ਰੋਡਕਸ਼ਨ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਵੱਲੋਂ, ਉਹ ਬਹੁਤ ਵੱਡੇ ਅਤੇ ਵੱਡੇ ਪੱਧਰ ਦੇ ਉੱਪਰ ਕੀਤੀ ਗਈ ਹੈ। ਤਾਂ ਦੋਸਤੋ, ਅਰੋਮਾ ਸੌਂਗ ਤੋਂ ਬਾਅਦ 'ਚ ਜਿੰਨੇ ਵੀ ਗਾਣਿਆਂ ਦੀ ਵੀਡੀਓ ਆਉਣੀ ਆ, ਉਹ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਅਤੇ ਵੱਡੇ ਬਜਟ ਨਾਲ ਤਿਆਰ ਕੀਤੀਆਂ ਗਈਆਂ ਹਨ। ਅਤੇ ਦੋਸਤੋ, ਹੁਣ ਅਰੋਮਾ ਸੌਂਗ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਐਲਬਮ ਦਾ ਸੀਜ਼ਨ 2 ਜਿਹੜਾ ਕਿ ਦੇਖਣ ਨੂੰ ਮਿਲੇਗਾ, ਜੋ ਕਿ ਦੋਸਤੋ ਬਹੁਤ ਵੱਡੇ ਪੱਧਰ 'ਤੇ ਤਿਆਰ ਕੀਤਾ ਗਿਆ। ਹਾਲਾਂਕਿ ਦੋਸਤੋ, ਜਿੰਨੇ ਗਾਣੇ ਹਾਲੇ ਤੱਕ ਰਿਲੀਜ਼ ਹੋਏ ਹਨ ਉਹ ਵੀ ਦੋਸਤੋ ਬਹੁਤ ਵਧੀਆ ਸੀ, ਪਰ ਕਿਹਾ ਜਾ ਰਿਹਾ ਕਿ ਹੁਣ ਅਰੋਮਾ ਸੌਂਗ ਤੋਂ ਬਾਅਦ 'ਚ ਰੀਅਲ 1 ਸਕਿੱਟ ਤੋਂ ਬਾਅਦ ਜਿਹੜੇ ਗਾਣੇ ਆਉਣੇ ਹਨ ਉਹ ਹੋਰ ਵੀ ਜ਼ਿਆਦਾ ਵਧੀਆ ਹੋਣਗੇ। ਦੋਸਤੋ, ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਤੁਹਾਡੇ ਲਈ ਅਸੀਂ ਬਹੁਤ ਨਵੀਆਂ ਅਤੇ ਤਾਜ਼ਾ ਖਬਰਾਂ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਹੋਈਆਂ ਲੈ ਕੇ ਆਵਾਂਗੇ। ਤਾਂ ਦੋਸਤੋ, ਅਗਲੀ ਅਪਡੇਟ ਨਿਕਲ ਕੇ ਆ ਰਹੀ ਹੈ ਪ੍ਰੀਤ ਔਜਲਾ ਦੇ ਵੱਲੋਂ। ਦੋਸਤੋ, ਜਦੋਂ ਪ੍ਰੀਤ ਔਜਲਾ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਦਾ ਸਿੱਧੂ ਮੂਸੇਵਾਲੇ ਨਾਲ ਮੂਸਟੇਪ ਵਿੱਚ ਇੱਕ ਹੋਰ ਸੌਂਗ ਹੈ, ਤਾਂ ਉਹਨਾਂ ਦਾ ਜਵਾਬ ਆਇਆ ਕਿ ਜੀ ਹਾਂ, ਸਿੱਧੂ ਮੂਸੇਵਾਲੇ ਨਾਲ ਉਹਨਾਂ ਦਾ ਇੱਕ ਹੋਰ ਸੌਂਗ ਮੂਸਟੇਪ ਦੇ ਵਿੱਚ ਹੈ। ਉਹਨਾਂ ਨੇ ਦੋਸਤੋ ਰਿਪਲਾਈ ਕਰਦੇ ਹੋਏ ਲਿਖਿਆ ਕਿ ਵੇਟ ਐਂਡ ਵਾਚ। ਦੋਸਤੋ, ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਦੁਬਈ ਵਿੱਚ ਕੀਤਾ ਗਿਆ ਸੌਂਗ ਸ਼ੂਟ ਦੇ ਵਿੱਚ ਸਾਨੂੰ ਪ੍ਰੀਤ ਔਜਲਾ ਨਜ਼ਰ ਦਿਖਾਈ ਦਿੰਦੇ ਹਨ। ਦੋਸਤੋ, ਤੁਹਾਨੂੰ ਕੀ ਲੱਗਦਾ, ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਦੋਸਤੋ, ਅਗਲੀ ਅਪਡੇਟ ਵੱਲ ਵੱਧਦੇ ਹਾਂ, ਤਾਂ ਅਗਲੀ ਅਪਡੇਟ ਨਿਕਲ ਕੇ ਆ ਰਹੀ ਹੈ ਸਨੀ ਮੌਲਟਨ ਦੇ ਵੱਲੋਂ। ਦੋਸਤੋ, ਸਨੀ ਮੌਲਟਨ ਨੇ ਕੰਟਰੋਵਰਸੀ ਦਾ ਐਂਡ ਕਰ ਦਿੱਤਾ ਹੈ, ਜਿੱਥੇ ਦੋਸਤੋ ਉਹਨਾਂ ਨੇ ਹੁਣ ਸਟੋਰੀ ਪਾ ਕੇ ਕੀਤਾ ਐਲਾਨ ਕੀਤਾ ਕਿ ਬਰਾਊਨ ਛੋਟੀ ਜ਼ਿਆਦਾ ਵਧੀਆ ਹੈ ਪੁਰਾਣੇ ਹਾਰਟ ਬ੍ਰੇਕ ਸੌਂਗ ਤੋਂ, ਦੀ ਐਂਡ ਆਫ ਦੀ ਸਟੋਰੀ। ਅਤੇ ਦੋਸਤੋ, ਕੱਲ੍ਹ ਉਹਨਾਂ ਨੇ ਰਿਪਲਾਈ ਕੀਤਾ ਸੀਗਾ ਦੋਸਤੋ ਬਿੱਗ ਬਰਡ ਨੂੰ, ਜਿੱਥੇ ਕਿ ਉਹਨਾਂ ਨੇ ਆਪਣੀ ਇੰਸਟਾਗ੍ਰਾਮ ਦੇ ਉੱਪਰ ਨਵੀਂ ਪੋਸਟ ਪਾ ਕੇ ਕੈਪਸ਼ਨ ਦੇ ਵਿੱਚ ਲਿਖਿਆ, ਜੋ ਕਿ ਰਿਪਲਾਈ ਸੀ ਬਿੱਗ ਬਰਡ ਨੂੰ। ਚਲੋ ਦੋਸਤੋ, ਆਪਾਂ ਪੜ੍ਹਦੇ ਹਾਂ ਉਹ ਕੈਪਸ਼ਨ। ਤਾਂ ਦੋਸਤੋ, ਸਨੀ ਮੌਲਟਨ ਨੇ ਲਿਖਿਆ, ਆਈ ਮੇਡ ਦਾ ਮਿਸਟੇਕ ਆਫ ਬੀਂਗ ਲੋਇਲ ਟੂ ਦਾ ਰੋਂਗ ਪੀਪਲ, ਆਈ ਐਮ ਅ ਮੈਨ ਇਨਫ ਟੂ ਐਡਮਿਟ ਇਟ, ਲਾਈਫ ਇਜ਼ ਬਿਗਰ ਦੈਨ ਜਸਟ ਮਿਊਜ਼ਿਕ, ਦੇਅਰ ਫਰੈਂਡਸ਼ਿਪ ਐਂਡ ਬ੍ਰਦਰਹੁੱਡ ਦੈਟ ਮੈਟਰ ਮੋਰ ਦੈਨ ਜਸਟ ਮਿਊਜ਼ਿਕ, ਬਟ ਪੀਪਲ ਹੂ ਹੈਵ ਐਨ ਈਗੋ ਵਿਲ ਨੈਵਰ ਅੰਡਰਸਟੈਂਡ, ਇਟਸ ਨੈਵਰ ਟੂ ਲੇਟ ਟੂ ਰਾਈਟ ਮਾਈ ਰੋਂਗਸ ਐਂਡ ਦੈਟਸ ਦਾ ਪਾਥ ਆਮ ਔਨ। ਤਾਂ ਦੋਸਤੋ, ਸਨੀ ਮੌਲਟਨ ਨੇ ਕਿਹਾ ਕਿ ਲੋਇਲ ਹੋਣਾ ਗਲਤ ਪੀਪਲ ਨਾਲ ਹੋ ਗਿਆ ਅਤੇ ਲਾਈਫ ਜ਼ਿਆਦਾ ਬੜੀ ਹੈ ਮਿਊਜ਼ਿਕਲੀ। ਦੋਸਤੋ, ਫਰੈਂਡਸ਼ਿਪ ਬ੍ਰਦਰਹੁੱਡ ਮੈਟਰ ਜ਼ਿਆਦਾ ਕਰਦੇ ਹਨ, ਪਰ ਜਿਨ੍ਹਾਂ ਲੋਕਾਂ ਦੇ ਵਿੱਚ ਈਗੋ ਹੈ ਉਹ ਇਹ ਗੱਲ ਨੂੰ ਨਹੀਂ ਸਮਝਣਗੇ। ਤਾਂ ਦੋਸਤੋ, ਇਹ ਸੀ ਸਨੀ ਮੌਲਟਨ ਦਾ ਬਿੱਗ ਬਰਡ ਨੂੰ ਕੱਲ੍ਹ ਦੀ ਪੋਸਟ ਦੇ ਵਿੱਚ ਰਿਪਲਾਈ। ਤਾਂ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਜੋ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਹੋਈਆਂ ਲੇਟੈਸਟ ਖਬਰਾਂ ਯੂਟਿਊਬ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਦੋਸਤੋ, ਤੁਸੀਂ ਸਬਸਕ੍ਰਾਈਬ ਬਹੁਤ ਕਰਦੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ, ਤਾਂ ਕਿ ਸਾਡਾ ਵੀ ਕੁਝ ਫਾਇਦਾ ਹੋ ਸਕੇ। ਧੰਨਵਾਦ, ਮਿਲਾਂਗੇ ਬਹੁਤ ਜਲਦ ਹੋਰ ਨਵੀਆਂ ਵੀਡੀਓ ਦੇ ਵਿੱਚ।